ਹਾਂ, ਜਿਹੜੀ ਗੱਲ ਕਰਨਾ ਪਿਆ, ਗ੍ਰਿਫਤਾਰੀ ਕਾ ਖੌਫ ਜਾਂ ਵਜ੍ਹਾ ਕੁਛ ਹੋਰ, ਇਮਰਾਨ ਖਾਨ ਅਬ ਤੱਕ ਬਨਿਗਾਲਾ ਮੇਂ ਕਿਉਂ ਨਹੀਂ ਗਏ, ਹਕੀਕਤ ਜਾਣਤੇ ਹੈਂ ਤਜ਼ੀਆ ਆ ਖਾਮਰ ਕੋ ਮਨ ਸੇ। ਮਾਸ਼ਾ ਅੱਲਾ, ਇਮਰਾਨ ਖਾਨ ਅਬ ਤੱਕ ਬਨਿਗਾਲਾ ਕਿਉਂ ਨਹੀਂ ਗਏ? ਹਾਂ, ਤੁਹਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈਗਾ, ਇੱਧਰ ਮੇਰੀ ਗੱਲ ਸੁਣੀ ਕਿ ਨਿਆ, ਇਹ ਜਿਹੜੇ ਆਏ ਨੇ, ਇਹ ਆਏ ਨਹੀਂ, ਇਹਨੇ ਲਾਏ ਗਏ ਨੇ। ਹਾਂ, ਇਹ ਪਲਾਨਿੰਗ ਨਾਲ ਆਏ, ਪਲਾਨਿੰਗ ਕਰਕੇ ਆਏ ਨੇ, ਔਰ ਪਲਾਨਿੰਗ ਇਹਨਾਂ ਦੀ ਇਹ ਹੈਗੀ ਕਿ ਖਾਨ ਸਾਹਿਬ ਨੂੰ ਆਨੇ ਬੰਨੇ ਲਾਉਣਾ, ਰਸਤੇ ਵਿੱਚੋਂ ਹਟਾਉਣਾ, ਸਾਫ਼ ਕਰਕੇ ਅਸੀਂ ਦੇਸਾਂ। ਇਹ ਮੇਰੀ ਗੱਲ ਸੁਣੀ ਕਿ ਨਿਆ, ਇਹ ਇਹਨਾਂ ਦੇ ਜਿਹੜੇ ਮਾਫੀਏ ਦੇ ਜਿਹੜੇ ਸਭ ਤੋਂ ਵੱਡੇ ਸਰਬਰਾਹ ਆਸਫ ਅਲੀ ਜ਼ਰਦਾਰੀ, ਇਹ ਇਹਨਾਂ ਦਾ ਠੇਕਾ ਆ, ਠੇਕਾ ਅਸੀਂ ਰਾਹ ਸਾਫ਼ ਕਰਕੇ ਦੇਸਾਂ। ਔਰ ਦੂਸਰੀ ਨਾਲ ਸਪੋਰਟ ਆਈ, ਮੇਰੀ ਗੱਲ ਸੁਣੀ ਕਿ ਨਾ, ਹਾਂ, ਨਵਾਜ਼ ਸ਼ਰੀਫ ਦੀ ਵੀ ਨਾਲ, ਰਾਣਾ ਸਨਾਉਲੇ ਦੀ ਵੀ। ਇਹ ਵੱਡੀਆਂ ਗੱਲਾਂ ਹੈਗੀਆਂ, ਵੱਡੀਆਂ ਵੱਡੀਆਂ ਵੱਡੀਆਂ, ਜਿਹੜੀ ਗੱਲ ਮੈਂ ਆਖਣਾ ਪਿਆ। ਹਾਂ, ਜਲਦ ਹੀ ਚੀਨੀ, ਹਾਂ, ਘੀ ਚੀਨੀ ਕੀ ਕੀਮਤੀ ਮੈਂ ਕੀਮਤੋਂ ਮੈਂ ਕਮੀ ਕਰਕੇ ਆਵਾਮ ਕੋ ਰਿਲੀਫ ਦੇਂਗੇ ਹਮਜ਼ਾ ਸ਼ਬਾਜ਼। ਖਾਦ ਕੇ ਜ਼ਖੀਰਾ ਦੂਜੀ ਬਰਦਾਸ਼ਤ ਨਹੀਂ, ਫੌਰੀ ਸਬੇ ਬਾਪ ਕਾ ਹੁਕਮ, ਸਿਆਸਤ ਹੋਤੀ ਰਹੇਗੀ, ਸਭ ਕੋ ਮਿਲ ਕਰ ਪਾਕਿਸਤਾਨ ਕੋ ਮਾਸ਼ੀ ਮੁਸ਼ਕਲਾਤ ਸੇ ਨਿਕਾਲਨਾ ਹੋਗਾ। ਵਜ਼ੀਰ ਆਲਾ ਸੇ ਸਦਰ ਚੈਂਬਰ ਅਰਫਾਨ ਇਕਬਾਲ ਸ਼ੇਖ ਕੀ ਮੁਲਾਕਾਤ, ਮਿਸਰੀ ਸ਼ਾਹ ਵੀ, ਹਾਂ, ਫਿਰ ਹਾਂ, ਨੌਜਵਾਨੋਂ ਕੀ ਮੌਤ ਕਾ ਇਜ਼ਹਾਰ ਕਰਤੇ ਹੋਏ, ਹਾਂ, ਇਹ ਜਿਹੜੇ ਜੋ ਮਾਮਲਾਤ ਹੈ, ਇਹ ਮਿਸਰੀ ਸ਼ਾਹ ਨੇ ਕੀਏ ਹੈ। ਹੁਣ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ, ਉਹ ਵੀ ਜ਼ਰਾ ਗੌਰ ਨਾਲ ਸੁਣਿਓ। ਇਲੈਕਸ਼ਨ ਕੀ ਤਾਰੀਖ ਕਾ ਐਲਾਨ ਆਜ ਹੋ ਜਾਏਗਾ, ਆਜ ਨਹੀਂ ਹੁੰਦਾ, ਇਹ ਜਿਹੜਾ ਜੂਨ ਦਾ ਮਹੀਨਾ ਹੈਗਾ, ਜੂਨ ਦਾ ਜਿਹੜਾ ਮਹੀਨਾ ਹੈਗਾ, ਇਸ ਵਿੱਚ ਇਨਸ਼ਾ ਅੱਲਾ ਇਹ ਜਿਹੜੇ ਆਏ ਨੀਰ, ਮੇਰੀ ਗੱਲ ਸੁਣੀ ਕਿ ਨਿਆ, ਆ ਜਿਸ ਤਰ੍ਹਾਂ ਆਏ ਨੇ ਉਸੇ ਤਰੀਕੇ ਨਾਲ ਚਲੇ ਜਾ ਸਨ, ਜਿਹਨਾਂ ਪੈਰਾਂ 'ਤੇ ਆਏ ਨੇ ਉਹਨਾਂ ਪੈਰਾਂ 'ਤੇ ਹੀ ਵਾਪਸ ਆ ਸਨ। ਬੰਦਾ ਜਿੱਥੇ ਗਿਰਨਾ ਉੱਥੋਂ ਹੀ ਉੱਠਣਾ, ਇਹ ਇੰਨੇ ਗਿਰੇ ਈਰ, ਮੇਰੀ ਗੱਲ ਸੁਣੀ ਕਿ ਨਿਆ, ਗਿਰੇ ਰਾਵਲ ਪਿੰਡੀ ਤਾਂ ਉੱਠੇ ਲਾਹੌਰੋਂ, ਗਿਰੇ ਲਾਹੌਰ ਤੱਕ ਉੱਠੇ ਜਾ ਕੇ ਕਰਾਚੀ ਤੋਂ, ਇਹ ਗੱਲ ਨਹੀਂ ਗੀ, ਜਿੱਥੋਂ ਬੰਦਾ ਗਿਰਨਾ ਉੱਥੋਂ ਹੀ ਉੱਠਣਾ। ਇਹ ਜਿਹਨਾਂ ਪੈਰਾਂ 'ਤੇ ਚਲਦੇ ਆਏ, ਉਹਨਾਂ ਹੀ ਪੈਰਾਂ 'ਤੇ ਵਾਪਸ ਜਾ ਸਨ, ਵਾਪਸ, ਕਮ ਬੈਕ। ਇਹ ਮਾਮਲਾਤ ਅੱਗੇ ਵੱਧਦੇ ਨਹੀਂ ਨਜ਼ਰ ਆਉਂਦੇ। ਹਜ਼ਰਤ ਮੂਸਾ ਅਲੈਹਿ ਸਲਾਮ ਦੀ ਜਦੋਂ ਵਾਲਦਾ ਵਫਾਤ ਪਾ ਗਈਆਂ, ਵਫਾਤ ਪਾ ਗਈਆਂ, ਮੂਸਾ ਅਲੈਹਿ ਸਲਾਮ ਰੱਬ ਦੀ ਬਾਰਗਾਹ ਵਿੱਚ ਕਤੂਰ 'ਤੇ ਜਾ ਕੇ ਹਾਜ਼ਰ ਹੋਏ ਹੈ, ਅੱਲਾ ਨਾਲ ਕਲਾਮ ਹੋਏ, ਅੱਲਾ ਪਾਕ ਸੁਣ ਆਖਿਆ ਕਿ ਮੂਸਾ ਅੱਜ ਤੋਂ ਬਾਅਦ ਜ਼ਰਾ ਇਹ ਮੇਰੀ ਗੱਲ ਸੁਣੀ ਕਿ ਨਹੀਂ, ਇਹ ਜਿਸ ਤਰ੍ਹਾਂ ਪਹਿਲੇ ਆਉਂਦੇ ਹੋਏ ਇੰਝ ਨਹੀਂ, ਹੁਣ ਸੰਭਲ ਕੇ ਇਹ ਮੇਰੀ ਗੱਲ ਸੁਣੀ ਕਿ ਨਹੀਂ, ਹਾਂ, ਸੰਭਲ ਕੇ ਹਰ ਚੀਜ਼ ਕਦੀ ਧਿਆਨ ਦੇ ਕੇ ਇਹ ਮੇਰੀ ਗੱਲ ਸੁਣੀ ਕਿ ਨਹੀਂ, ਮੇਰੀ ਬਾਰਗਾਹ ਵਿੱਚ ਹਾਜ਼ਰ ਹੋਣਾ, ਇਹ ਪਹਿਲੇ ਦੀਆਂ ਗੱਲਾਂ ਨਹੀਂ ਹੈਗੀਆਂ ਨੇ। ਕਹਿਣਾ ਅੱਲਾ ਮੈਂ ਉਹੀ ਮੂਸਾ, ਤੂੰ ਉਹੀ ਮੇਰਾ ਰੱਬ, ਨਾ ਮੇਰੇ 'ਚ ਕੋਈ ਫਰਕ, ਨਾ ਤੁਹਾਡੇ 'ਚ ਕੋਈ ਫਰਕ, ਕੋਈ ਖਾਸ ਗੱਲ ਹੋ ਗਈ ਹੈ? ਕਹਿਣਾ ਹਾਂ ਮੈਂ ਮੂਸਾ, ਖਾਸ ਗੱਲ ਹੋ ਗਈ। ਆਓ ਕਿਹੜੀ ਗੱਲ ਖਾਸ ਹੋ ਗਈ? ਕਹਿਣੇ ਤੇਰੀ ਮਾਂ ਦੁਨੀਆ ਤੋਂ ਚਲੀ ਗਈ, ਹਾਂ, ਤੂੰ ਜਿਸਲੇ ਮੇਰੇ ਵਾਲੇ ਪਾਸੇ ਕਨੀ ਆਉਂਦਾ ਸੈਂ, ਉਹ ਪਿਛੜਾ ਚਾਦਰਾ ਅੰਦਰੀ ਹੱਥ ਕਰਕੇ ਇਹ ਮੇਰੀ ਗੱਲ ਸੁਣ ਕੇ ਨੇ ਦੁਆ ਕਰਦੀ ਸੀ, ਪਰਵਰਦਿਗਾਰ ਮੇਰਾ ਪੁੱਤਰ ਆ ਰਿਹਾ, ਪੁੱਤਰ ਮੇਰਾ ਆ ਰਿਹਾ, ਇਹਦਾ ਖਿਆਲ ਵੀ ਕਰੀ, ਧਿਆਨ ਵੀ ਕਰੀ, ਇਸ ਉੱਤੇ ਕੋਈ ਮਿਹਰਬਾਨੀ ਫਰਮਾਈ, ਮਿਹਰਬਾਨੀ, ਮੈਂ ਤੇਰੀ ਬੰਦੀ ਤੇਰੇ ਅੱਗੇ ਮਿੰਤ ਕਰਨੀ ਆ, ਮਿੰਤ ਅਰਜ਼ ਕਰਨੀ ਆ, ਮੈਂ ਤੇਰੀ ਮਾਂ ਦੁਆਵਾਂ ਕਰਨੀ ਸੀ,
ਮੈਂ ਕਰਮ ਕਰ ਛੋੜਨਾ ਸਾਂ, ਕਰਮ ਫਜ਼ਲ ਕਰ ਛੋੜਨਾ ਸਾਂ, ਹੈ ਇਸ ਵਾਸਤੇ ਹੁਣ ਹੋਸ਼ ਨਾ ਲਾਣਾ, ਕਹਿਣਾ ਪਰਵਰਦਿਗਾਰ ਇਹ ਗੱਲ ਦੱਸ, ਇਹ ਗੱਲ ਇਹ ਗੱਲ ਸਾਰੇ ਮੈਂ ਪੈਗਾਮ ਦੇ ਦਿੱਤੇ, ਲੈ ਲਿੱਤੇ, ਸਾਰੇ ਮਾਮਲਾਤ ਖਤਮ ਹੋ ਗਏ, ਹੁਣ ਮੈਨੂੰ ਇਹ ਗੱਲ ਦੱਸ, ਅੱਜ ਤੇਰਾ ਮੂਸਾ ਸ਼ਾਮ ਨੂੰ ਕੇ ਖਾਸੀ, ਕੇ ਖਾਸੀ, ਇਹ ਬੜੇ ਮਜ਼ੇ ਦੀ ਗੱਲ ਏ, ਇਹ ਮੂਸਾ ਤੇਰਾ ਅੱਜ ਰਾਤ ਨੂੰ ਕੇ ਖਾਸੀ? ਅੱਲਾ ਪਾਕ ਸੁਣ ਕਿਹਾ, ਮੂਸਾ ਤੂੰ ਸ਼ਾਮ ਨੂੰ ਊਂਠਣੀ ਦੇ ਦੁੱਧ ਵਿੱਚ ਚਾਵਲ ਪੱਕੇ ਦੇ ਤੂੰ ਖਾਸੇ, ਹੈ ਮੂਸਾ ਅਲੈਹ ਸਲਾਮ ਵਾਪਸ ਆਏ, ਹੈ ਪੈਗਾਮ ਦਿੱਤੇ ਲਿੱਤੇ, ਮਾਮਲਾਤ ਕੀਤੇ ਕਰਾਏ, ਫਾਰਗ ਹੋਏ, ਬਜਾਏ ਘਰ ਸਿਆਣੇ ਦੇ ਬਜਾਏ ਜੰਨਤ ਜੰਗਲ ਹੀ ਨੱਸ ਗਏ, ਨੱਸ ਗਏ, ਜੰਗਲ ਹੀ ਚਲੇ ਗਏ, ਵੀਰਾਨੇ ਵੀ ਚਲੇ ਗਏ, ਵੀਰਾਨੇ 'ਚ ਹਾਂ ਬਹੁਤ ਅੱਗੇ ਨਿਕਲ ਗਏ, ਬੜੇ ਤੇਜ਼ ਹੀਰ ਮੇਰੀ ਗੱਲ ਸੁਣੀ ਗਏ ਆ, ਜਿਸ ਤਰ੍ਹਾਂ ਬੰਦਾ ਹੀਰ ਮੇਰੀ ਗੱਲ ਸੁਣੀ, ਇਹ ਜਿਹੜੀ ਪੂਰੀ ਮਾਈ ਜ਼ਮੀਨ ਹੈਗੀ, ਪੂਰੀ ਜਿਹੜੀ ਮਾਈ ਜ਼ਮੀਨ ਹੈਗੀ, ਇਹ ਉਹਨਾਂ ਲੋਕਾਂ ਵਾਸਤੇ ਸਿਰਫ 2.5 ਕਦਮ ਹੈ, 2.5 ਕਦਮ, ਹਾਂ 2.5 ਕਦਮ ਹੈ, ਇਹ ਰੱਬ ਨੂੰ ਮੈਂ ਫਰਮਾਉਂਦਿਆਂ, ਔਰ ਇਹ ਮੇਰੀ ਗੱਲ ਸੁਣੀ ਕਿ ਨਹੀਂ, ਰੱਬ ਨੂੰ ਮੈਂ ਫਰਮਾਉਂਦਿਆਂ, ਨਬੀ ਅਲੈਹਿ ਸਲਾਤੁ ਸਲਾਮ ਨੂੰ ਤਸਦੀਕ ਕਰਦੇ ਹਾਂ, ਮੈਂ ਸੁਣਿਆ ਵੀ ਹੈ ਔਰ ਪੜ੍ਹਿਆ ਵੀ ਹੈ, ਮੇਰੀਆਂ ਨਜ਼ਰਾਂ ਤੋਂ ਗੁਜ਼ਰਿਆ ਵੀ ਹੈ, ਹਾਂ ਇਹ ਪੂਰੀ ਮਾਈ ਜ਼ਮੀਨ 2.5 ਕਦਮ ਹੈ, 2.5 ਕਦਮ, ਮੂਸਾ ਅਲੈਹਿ ਸਲਾਮ ਬੜੀ ਤੇਜ਼ੀ ਨਾਲ ਪੜ੍ਹਦੇ ਵੀਰਾਨੇ ਵਿੱਚ, ਬਿਲਕੁਲ ਵੀਰਾਨੇ ਵਿੱਚ, ਕਰਦਿਆਂ ਇਤਨੇ ਗੁਪ ਹਨੇਰੇ ਵਿੱਚ ਹੈ ਦਾਖਲ ਹੋ ਗਏ, ਕਹਿਣਗੇ ਹੁਣ ਤਾਂ ਰਾਤ ਪੈ ਗਈ, ਹਨੇਰਾ ਹੋ ਗਿਆ, ਸ਼ਾਮ ਹੋ ਗਈ, ਹੁਣ ਕਿੱਥੋਂ ਊਂਠਣੀ ਦੇ ਦੁੱਧੀ ਚਾਵਲ ਪੱਕੇ ਦੇ ਮੈਨੂੰ ਰੱਬ ਖਲਾਸੀ, ਇਹ ਵੀ ਹੁਣ ਤੱਕਣੇ ਆ, ਬਹਿ ਕੇ ਆਈਆਂ ਇਹ ਗੱਲਾਂ ਸੋਚਣੇ ਪਏ, ਤੱਕਣੇ ਮੈਨੂੰ ਅੱਲਾ ਹੁਣ ਊਂਠਣੀ ਦੇ ਦੁੱਧੀ ਚਾਵਲ ਪੱਕੇ ਦੇ ਕਿੰਝ ਖਿਲਾਉਂਦਾ, ਇਹ ਗੱਲਾਂ ਸੋਚਣੇ ਪੈਣ ਤੇ ਤਈਏ ਤੱਕਿਆ ਤਾਂ ਟਨ 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 ਹੈ ਊਂਠਾਂ ਦੀਆਂ, ਹਾਂ ਊਂਠਾਂ ਦੇ ਗਲਾ ਵੀ ਟਲੀਆਂ ਦੀ ਆਵਾਜ਼ ਆਈ, ਮੂਸਾ ਅਲੈਹਿ ਸਲਾਮ ਦੇ ਕੰਨ ਖੜੇ ਹੋ ਗਏ, ਕੰਨ ਖੜੇ ਹੋ ਗਏ, ਹੈ ਤੱਕਿਆ ਇੰਝ ਕਰਕੇ ਹੀਰ ਮੇਰੀ ਗੱਲ ਸੁਣ ਕੇ ਰਿਹਾ, ਊਂਠਾਂ ਦਾ ਕਾਫਲਾ ਗੁਜ਼ਰਨਾ ਪਿਆ, ਮੂਸਾ ਅਲੈਹਿ ਸਲਾਮ ਦੇ ਦਿਲ ਵੀ ਵਸਵਸਾ ਆ ਗਿਆ, ਖਿਆਲ ਆਇਆ ਕਿ ਰੱਬ ਮੈਨੂੰ ਘੇਰ ਰਿਹਾ ਹੈ, ਉਹ ਜਿਸਲੇ ਥੋੜ੍ਹੀ ਜਿਹੀ ਦੇਰ ਹੋਰ ਗੁਜ਼ਰੀ, ਇੱਕ ਬੰਦਾ ਕਹਿੰਦਾ ਕਿ ਸਰਦਾਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ, ਬਹੁਤ ਜ਼ਿਆਦਾ ਹਨੇਰਾ ਹੋ ਗਿਆ, ਅਗਰ ਆਹੋ ਤਾਂ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਰਾਤ ਇੱਥੇ ਹੀ ਗੁਜ਼ਾਰਨੇ, ਇੱਥੇ ਹੀ, ਕਹਿਣਾ ਕਿ ਚਲੋ ਖੈਮੇ ਤਲੇ ਲਾਓ, ਊਂਠਾਂ ਨੂੰ ਬੰਨੋ, ਤੰਬੂ ਲਾਓ, ਤਾਂ ਰਾਤ ਇੱਥੇ ਹੀ ਗੁਜ਼ਾਰਨੇ ਆ, ਕਹਿਣਾ ਕਿ ਸਰਦਾਰ ਹੈ ਪਕਾਈਏ ਕਿ, ਕਹਿਣਾ ਕਿ ਤੱਕੋ ਪਾਣੀ ਹੋਵੇ ਤਾਂ ਕੋਈ ਚੀਜ਼ ਪਕਾ ਲਵੋ, ਕਹਿਣਾ ਕਿ ਸਰਦਾਰ ਇੱਥੇ ਪਾਣੀ ਤਾਂ ਨਹੀਂ ਹੈਗਾ, ਕਹਿਣਾ ਇੰਝ ਕਰੋ ਇਹ ਊਂਠਣੀਆਂ ਚੋਵੋ ਕਿਤੇ ਇਹਨਾਂ ਦੇ ਦੁੱਧੀ ਚਾਵਲ ਪਕਾਓ ਤਾਂ ਖਾ ਲਓ, ਹੈ ਉਹਨਾਂ ਊਂਠਣੀਆਂ ਚੋਈਆਂ ਹੈ, ਔਰ ਖੈਮੇ ਲਾਏ ਹੈ, ਔਰ ਖਾਣਾ ਜਿਹੜਾ ਲੰਗਰ ਹੈ ਤਿਆਰ ਹੋ ਗਿਆ, ਇਹ ਕਾਣ ਕੇ ਸਰਦਾਰ ਨੂੰ ਕਹਿੰਦਾ, ਕਹਿਣਾ ਕਿ ਸਰਦਾਰ ਲੰਗਰ ਤਾਂ ਤਿਆਰ ਹੋ ਗਿਆ, ਪਰ ਸਾਡਾ ਜਿਹੜਾ ਮਾਕੂਲਾ ਹੈਗਾ, ਮਾਕੂਲਾ ਜਿਹੜਾ ਸਾਡੀ ਜ਼ਿੰਦਗੀ ਦਾ ਇੱਕ ਮਿਸ਼ਨ ਹੈ, ਜਿਹੜਾ ਅਸਾਂ ਜਾਰੀ ਤਾਂ ਸਾਰੀ ਰੱਖਿਆ, ਜਿਤਨੀ ਦੇਰ ਤੱਕ ਸਾਡੇ ਨਾਲ ਬਾਹਰ ਦਾ ਕੋਈ ਬੰਦਾ ਖਾਣਾ ਨਾ ਖਾਵੇ, ਅਸੀਂ ਨਹੀਂ ਖਾਂਦੇ ਹਾਂ, ਨਾ ਨਹੀਂ ਖਾਂਦੇ, ਕਹਿਣ ਇੱਕ ਬੱਚੀ ਬੋਲੀ, ਕਹਿਣ ਗਿਆ ਇੱਥੇ ਉੱਤੇ ਮੈਂ ਇੱਕ ਬੰਦਾ ਤੱਕਿਆ, ਇੱਥੇ ਉਹ ਆਖਣ ਲੱਗੇ ਤੱਕੋ, ਉਹ ਸਾਰਿਆਂ ਇਨਸ਼ਾਲਾ ਮਾਰੀਆਂ, ਮੂਸਾ ਅਲੈਹਿ ਸਲਾਮ ਇੱਕ ਐਵੇਂ ਆਟੀਆ ਚੜਿਆ ਸਾ, ਅੱਠ ਦੀਵਾਰ ਨੂੰ ਕਹਿੰਦੇ ਨੇ, ਆਹ ਦੀਵਾਰ ਪਿਛਲੇ ਪਾਸੇ ਛੁਪ ਗਏ, ਉਹ ਬੰਦਾ ਦੀਵਾਰ ਉੱਪਰ ਚੜ੍ਹ ਕੇ ਛਾਲ ਮਾਰੀ, ਜਾ ਕੇ ਮੂਸਾ ਅਲੈਹਿ ਸਲਾਮ ਦੇ ਪੇਟ 'ਤੇ ਲੱਗਿਆ, ਮੂਸਾ ਅਲੈਹਿ ਸਲਾਮ ਦੇ ਮੂੰਹ ਵਿੱਚੋਂ ਆਏ ਨਿਕਲੀ, ਕਹਿਣ ਲੱਗੇ ਉਹਨਾਂ ਆਖਿਆ ਵੇ ਬੰਦਾ ਇੱਥੇ ਵਾ, ਇੱਧਰ ਇੱਧਰ ਇੱਧਰ
ਉਹ ਸਾਰੇ ਆਇਆ ਉਹਨਾਂ ਤੱਕਿਆ ਮੂਸਾ ਲਾ ਸਲਾਮ ਸੁਣ ਦੰਦ ਕਰੀੜ ਵੱਟ ਦਿੱਤੀ ਐਂ ਦੰਦ ਪੱਕੇ ਕਰਕੇ ਇੰਜ 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 ਮੈਂ ਤਾਂ ਮਰਿਆ ਦਾ ਮੈਂ ਜ਼ਿੰਦਾ ਹੀ ਨਹੀਂ ਖਾਂ ਹੈ ਉਹ ਸਾਰੇ ਤੱਕਿਆ ਕਹਿਣਾ ਯਾਰ ਇਹ ਤਾਂ ਬੰਦਾ ਮਰਿਆ ਦਾ ਕਹਿਣਾ ਯਾਰ ਮਰਿਆ ਦਾ ਜਾਂ ਜ਼ਿੰਦਾ ਹੋਵੇ ਤੁਸੀਂ ਚੁੱਕੋ ਸਰਦਾਰ ਕੋਲ ਲੈ ਜਾਂਦੇ ਹਾਂ ਹੈ ਸਰਦਾਰ ਜਿਹੜਾ ਹੁਕਮ ਕਰ ਸੀ ਉਹ ਹੀ ਕੰਮ ਅੱਗੇ ਕਰਸਾਂ ਉਹ ਉਸੇ ਤਰੀਕੇ ਨਾਲ ਚੁੱਕ ਚੁਕਾ ਕੇ ਸਰਦਾਰ ਕੋਲ ਲੈ ਗਏ ਉਹ ਆਖਣ ਕਹਿਣਗੇ ਜੀ ਬੰਦਾ ਤਾਂ ਮਿਲਿਆ ਪਰ ਮਿਲਿਆ ਮਰਿਆ ਦਾ ਸਾਹ ਨਹੀਂ ਚੱਲਣਾ ਪਿਆ ਨਾ 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 ਸਾਹ ਨਹੀਂ ਚੱਲਦਾ ਪਿਆ ਆ ਹੁਣ ਕੇ ਹੁਕਮ ਹੈ ਕਹਿਣਾ ਇੰਜ ਕਰੋ ਇਹਦਾ ਮੂੰਹ ਖੋਲੋ ਨਾ ਮੂੰਹ ਇਹਦਾ ਖੋਲੋ ਇਹਦੇ ਮੂੰਹ 'ਚ ਚਾਵਲ ਪਾਓ ਲੰਗਰ ਊਂਠਣੀ ਦੇ ਦੁੱਧ ਦੇ ਚਾਵਲ ਪੱਕੇ ਦੇ ਇਹਦੇ ਮੂੰਹ 'ਚ ਪਾਓ ਤੁਹਾਡੀ ਰਸਮ ਪੂਰੀ ਹੋ ਜਾਏ ਹੈ ਇਹ ਖਾਏ ਜਾਂ ਨਾ ਖਾਏ ਮਰਿਆ ਦਾ ਹੋਵੇ ਭਾਵੇਂ ਜ਼ਿੰਦਾ ਹੋਵੇ ਜੋ ਵੀ ਹੈ ਇਸ ਨੂੰ ਛੱਡੋ ਉਹ ਮੂੰਹ ਇੰਜ ਕਰਕੇ ਖੋਲਣ ਦਾ ਮੂਸਾ ਲਾ ਸਲਾਮ ਸੁਣ ਅਗਣਾ ਦੰਦ ਪੱਕੇ ਕਰਕੇ ਬਹੁਤ ਪੱਕੇ ਕਰਕੇ ਦੰਦ ਕਰੀੜ ਵੱਟੀ ਦੀ ਦੰਦ ਕਰੀੜ ਆ ਉਹ ਬੜੀ ਸਖਤੀ ਨਾਲ ਅਸੀਂ ਦੰਦਾਂ ਤਾਲੇ ਲਾ ਛੋੜਨ ਉਹ ਦੰਦ ਪਟਣੀ ਨਾ ਦੇਵਣ ਉਹ ਜਿਹੜੇ ਬੜਾ ਜ਼ੋਰ ਸ਼ੋਰ ਲਾਇਆ ਰੱਬ ਸੁਣ ਆਵਾਜ਼ ਦਿੱਤੀ ਮੂਸਾ ਆ ਤੇਰਾ ਰੱਬ ਬੋਲਣਾ ਪਿਆ ਰੱਬ 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 ਤੇਰਾ ਰੱਬ ਬੋਲਣਾ ਪਿਆ ਈ ਇਹ ਮੂੰਹ ਖੋਲ ਛੋੜ ਇਹ ਜੰਗਲੀਆਂ ਦੇ ਢਾਹ ਚੜ ਗਏ ਜੰਗਲੀਆਂ ਦੇ ਧਿਆ ਢਾਹ ਇਹ ਅਗਰ ਮੂੰਹ ਨਾ ਖੋਲ ਸਕੇ ਤਾਂ ਮੂੰਹ ਵੀ ਭੰਨਦੇ ਸਾਨੀ ਹੈ ਉਹ ਇੰਜ ਕਰਕੇ ਮੂਸਾ ਲਾ ਸਲਾਮ ਸੁਣ ਮੂੰਹ ਖੋਲਿਆ ਹੈ ਚਾਵਲ ਅੰਦਰ ਉਹਨਾਂ ਵੀ ਖਾ ਦੇ ਉਹਨਾਂ ਵੀ ਖਾ ਦੇ ਫਿਰ ਉੱਠ ਕੇ ਬਹਿ ਕੇ ਨਾਲ ਮੂਸਾ ਲਾ ਸਲਾਮ ਵੀ ਖਾ ਦੇਣ ਹੈ ਫਿਰ ਮੂਸਾ ਲਾ ਸਲਾਮ ਬੜੇ ਪਰੇਸ਼ਾਨ ਹੋਏ ਕਿ ਰੱਬ ਜੋ ਚਾਹੇ ਉਹ ਕਰ ਸਕਦਾ ਹੈ ਜੋ ਚਾਹੇ ਕਰ ਸਕਦਾ ਹੈ ਇਸੀ ਤਰੀਕੇ ਨਾਲ ਇਸੀ ਤਰਜ਼ ਨਾਲ ਇਹ ਔਰਤ ਦੀ ਰੂਹ ਕਿਸ਼ਤੀ ਵਿੱਚ ਅਜ਼ਰਾਈਲ ਅਲੈਹ ਸਲਾਮ ਸੁਣ ਕਬਜ਼ ਕੀਤੀ ਕਬਜ਼ ਕਬਜ਼ ਕੀਤੀ ਆ ਰੱਬ ਪੁੱਛਦਾ ਅਜ਼ਰਾਈਲ ਅਲੈਹ ਸਲਾਮ ਕੋਲੋਂ ਆ ਅਜ਼ਰਾਈਲ ਅਲੈਹ ਸਲਾਮ ਕੋਲੋਂ ਪੁੱਛਣਾ ਇਹ ਕਿਸੇ ਜਿਹੀ ਰੂਹ ਕਬਜ਼ ਕਰਦੇ ਹਾਂ ਕਦੀ ਤਰਸ ਆਇਆ ਕਿਣਕ ਜੀ ਆਇਆ ਆ ਕਿਹੜੀ ਜਾਈ ਕਿਸ਼ਤੀ ਵਿੱਚ ਇੱਕ ਮਾਈ ਬੈਠੀ ਦੀ ਸੀ ਹੈ ਉਸੇ ਬੱਚਾ ਪੈਦਾ ਹੋਇਆ ਨਾੜੂ ਨਹੀਂ ਕੱਪੜ ਹੋਇਆ ਕਿਸ਼ਤੀ ਵਿੱਚ ਮਲਾ ਕੋਈ ਨਹੀਂ ਗਾ ਤੁਸਾਂ ਮੈਨੂੰ ਆਖਿਆ ਇਹਦੀ ਰੂਹ ਕਬਜ਼ ਕਰ ਮੈਂ ਘਰ ਛੋੜੀ ਮੈਂ ਰੂਹ ਕਬਜ਼ ਕਰਕੇ ਮੈਨੂੰ ਹੁਕਮ ਸਾ ਵਾਪਸ ਆਉਣ ਦਾ ਉਹ ਬੱਚਾ ਉੱਥੇ ਕਿਸ਼ਤੀ ਵਿੱਚ ਮਾਈ ਮਰੀ ਸੀ ਹੈ ਉੱਥੇ ਬੜਾ ਮੈਨੂੰ ਤਰਸ ਆਇਆ ਬੜਾ ਤਰਸ ਆਇਆ ਆਹ ਬਸ ਕਹਿਣ ਕਿ ਜੀ ਇੱਕ ਜਗ੍ਹਾ ਹੋਰ ਹੈ ਆਹ ਉਹ ਕਿਹੜੀ ਕਹਿਣ ਕਿ ਸ਼ਹਿਦਾਦ ਸੁਣ ਜੰਨਤ ਬਣਾਈ ਤਿਆਰ ਕੀਤੀ ਹਰ ਚੀਜ਼ ਲਾਈ ਹਰ ਚੀਜ਼ ਤਿਆਰ ਕੀਤੀ ਬਹੁਤ ਹੀ ਖੂਬਸੂਰਤ ਜੰਨਤ ਬਣਾ ਕੇ ਤਿਆਰ ਕੀਤੀ ਤੁਸਾਂ ਉਸਨੂੰ ਤੱਕਣ ਨਹੀਂ ਦਿੱਤੀ ਨਾ ਉਹ ਗੇੜਾ ਤੋਂ ਅੰਦਰ ਸੀ ਨਾ ਬਾਹਰ ਸੀ ਤੁਸਾਂ ਆਖਿਆ ਇਹਦੀ ਰੂਹ ਕਬਜ਼ ਕਰਕੇ ਮੈਂ ਉਸਦੀ ਜਿਹੜੇ ਰੂਹ ਕਬਜ਼ ਕੀਤੀ ਮੈਨੂੰ ਬੜਾ ਤਰਸ ਆਇਆ ਬੜਾ ਤਰਸ ਆਇਆ ਬਾਰੀ ਤਾਲਾ ਪੁੱਛਣ ਅਜ਼ਰਾਈਲ ਇਸ ਗੱਲ ਦਾ ਪਤਾ ਹੈਗਾ ਹੀ ਇਹ ਸ਼ਹਾਦਾਤ ਕੌਣ ਹੈ ਕਹਿਣਗੇ ਜੀ ਨਹੀਂ ਪਤਾ ਕਹਿਣਗੇ ਸ਼ਹਾਦਾਤ ਉਹ ਹੀ ਬੰਦਾ ਹੀ ਓਹੀ 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 ਜਿਹੜੀ ਕਿਸ਼ਤੀ ਵਿੱਚ ਮਾਈ ਦੀ ਰੂਹ ਤੂੰ ਕਬਜ਼ ਕੀਤੀ ਇਹ ਕਿਸ਼ਤੀ ਅੰਦਰ ਜਿਸਦਾ ਨਾਣੋ ਕਿਸੇ ਨਹੀਂ ਕਪਿਆ ਇਹ ਸ਼ਹਾਦਾਤ ਉਹ ਹੀ ਬੱਚਾ ਹੈਗਾ ਹੀ ਇਸ ਨੂੰ ਤੂੰ ਤੱਕ ਮੈਂ ਕਿਤਨਾ ਅਰੂਜ ਕਿਤਨਾ ਅਰੂਜ ਕਿਤਨਾ ਅਰੂਜ ਕਿਤਨਾ ਅਰੂਜ ਇਤਨਾ ਮੈਂ ਇਸਨੂੰ ਅਰੂਜ ਦਿੱਤਾ ਇਹ ਫਿਰ ਮੇਰੀ ਬਾਰਗਾਹ ਵਿੱਚ ਖਲੋ ਕੇ ਮੈਨੂੰ ਇਹ ਗੱਲ ਆਖਦਾ ਸੂਰਜ ਅੰਦਰ ਵੀ ਨਾ ਹੋਵੇ ਤਾਂ ਬਾਹਰ ਵੀ ਨਾ ਹੋਵੇ ਮੈਂ ਜ਼ਮੀਨ ਉੱਤੇ ਵੀ ਨਾ ਹੋਵਾਂ ਅਸਮਾਨ ਉੱਤੇ ਵੀ ਨਾ ਹੋਵਾਂ ਜੰਨਤ ਅੰਦਰ ਵੀ ਨਾ ਹੋਵਾਂ ਬਾਹਰ ਵੀ ਨਾ ਹੋਵਾਂ ਫਿਰ ਤੂੰ ਮੇਰੀ ਰੂਹ ਕੱਢੇ ਤਾਂ ਫਿਰ ਮੈਂ ਤੈਨੂੰ ਰੱਬ ਮੰਨਾਂ ਇਹ ਫਿਰ ਮੇਰੇ ਨਾਲ ਇਹ ਹੀ ਗੱਲਾਂ ਕਰਨਾ ਹੈ ਤਾਂ ਇਹ ਮੂਸਾ ਵੀ ਮੇਰੇ ਨਾਲ ਇਹ ਹੀ ਗੱਲਾਂ ਕਰਨਾ ਹੈ ਹੁਣ ਤੱਕ ਨਾ ਇੱਧਰ ਮੇਰੀ ਗੱਲ ਸੁਣੀ ਕਿ ਹੈ ਹੁਣ ਤੂੰ ਐਵੇਂ ਮੇਰੀ ਗੱਲ ਸੁਣੀ ਕਿ ਨਿਆ ਇਸ ਜੰਨਤ ਨਹੀਂ ਤੱਕੀ ਇਹ ਜੰਨਤ ਦੇ ਕਾਬਲ ਹੈ ਇੱਧਰ ਮੇਰੀ ਗੱਲ ਸੁਣੀ ਕਿ ਨਿਆ ਨਾ 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 ਇਹਨਾਂ ਗੱਲਾਂ ਦਾ ਜ਼ਰਾ ਥੋੜ੍ਹਾ ਜਿਹਾ ਖਿਆਲ ਕਰੀਦਾ ਖਿਆਲ